ਨਮਨ ਅਮਰਤਪਾਲ ਸਿੰਘ ਦੀ ਇੱਕ ਕਿਸੇ ਇੰਟਰਵਿਊ ਨੂੰ ਸੁਣ ਰਿਹਾ ਸੀਗਾ ਤੇ ਉਹ ਜੀ ਗੱਲ ਕਰ ਰਹੇ ਸੀ ਉਹ ਕਹਿੰਦੇ ਕਿ ਸ਼ਾਇਦ ਇਹਨੂੰ ਮਜੀਠੀਆ ਨੂੰ ਆਪਦਾ ਕਾਰੋਬਾਰ ਜਿਹੜਾ ਉਹ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਕਿ ਅਮਰਤਪਾਲ ਸਿੰਘ ਕਰਕੇ ਕਈ ਮੁੰਡੇ ਜਿਹੜੇ ਉਹ ਸੁਧਰ ਰਹੇ ਨੇ ਹਾਂ ਬਿਲਕੁਲ ਕਿਤੇ ਇਹ ਕਹਾਣੀ ਤਾਂ ਨਹੀਂ ਵਾਪਰ ਰਹੀ ਹਾਂ ਦੇਖੋ ਕੋਈ ਸ਼ੱਕ ਵੀ ਨਹੀਂ ਹੈ ਇਹਦੇ ਤੇ ਕਿਉਂਕਿ ਸਾਨੂੰ ਪਤਾ ਹੈ ਕਿ ਮਜੀਠੀਆ ਸਾਹਿਬ ਦੇ ਉੱਤੇ ਕਿਹੋ ਜਿਹੇ ਇਲਜ਼ਾਮ ਲੱਗੇ ਹੋਏ ਆ ਕਿੱਡੇ ਕਿੱਡੇ ਵੱਡੇ ਸਬੂਤ ਜਿਹੜੇ ਨੇ ਉਹ ਉਹਨਾਂ ਦੇ ਖਿਲਾਫ ਨੇ ਔਰ ਪੈਦਾ ਅਸਰ ਹੋ ਸਕਦਾ ਹੈ ਕਿ ਅੱਜ ਮਜੀਠੀਆ ਸਾਹਿਬ ਇੱਕਦਮ ਢ ਘਾਟ ਦੇ ਵਿੱਚ ਆ ਗਏ ਵੀ ਕੱਲਮਜੀਤਿਆ ਸਾਹਿਬ ਨਹੀਂ ਇੱਥੇ ਜਿਹੜੀਆਂ ਾਲਾਮਤਾਂ ਵੰਡੀਆਂ ਗਈਆਂ ਇਹ ਹਿੰਦੁਸਤਾਨ ਦੀ ਸਰਕਾਰ ਵੱਲੋਂ ਪਚਾਈਆਂ ਗਈਆਂ ਔਰ ਇਹ ਸਾਰੇ ਉਹ ਲੋਕ ਤੜਫਣਗੇ ਇਹਦੇ ਵਿੱਚ ਕਾਂਗਰਸ ਵੀ ਤੜਫੋਗੀ ਸੈਂਟਰਲਾਈਜ਼ ਤਾਕਤਾਂ ਤੜਫਣ ਗਿਆ ਬੀਜੇਪੀ ਸਾਰੇ ਇੱਕੋ ਹੀ ਮਾਂ ਦੇ ਪੇਟ ਤੋਂ ਜੰਮੇ ਹੋਏ ਨੇ ਇਹਨਾਂ ਦੀ ਮਾਂ ਸਾਰਿਆਂ ਦੀ ਆਰਐਸ ਉੱਤੇ ਬੈਠੀ ਹੈ ਜਿਹੜੀ ਪੰਜਾਬ ਦੇ ਵਿਰੋਧ ਦੇ ਜਿਹੜੀਆਂ ਸਾਜ਼ਿਸ਼ਾਂ ਰਚਦੀਆਂ ਅੱਜ ਉਹਨਾਂ ਸਾਰਿਆਂ ਨੂੰ ਤਕਲੀਫ ਹੋਊਗੀ ਔਰ ਉਹਨਾਂ ਸਾਰਿਆਂ ਦਾ ਇਹ ਵਪਾਰ ਵੀ ਬੰਦ ਹੋਊਗਾ ਔਰ ਜਿਹੜੀ ਸਾਜ਼ਿਸ਼ ਉਹਨਾਂ ਨੇ ਹਕੂਮਤ ਨੇ ਸਾਡੇ ਵਿਰੁੱਧ ਇਹ ਰਚੀ ਸੀ ਉਹ ਖਤਮ ਹੋ ਰਹੀ ਆ ਤੇ ਤਕਲੀਫ ਤਾਂ ਹੋਣੀ ਤੈ ਇਹ 5-7 ਬੰਦੇ ਕੁਝ ਜਿਹੜੇ ਛਿਪਛੈਨਾ ਜਾਂ ਆਰਐਸਐਸ ਦੇ ਆਪਦੇ ਆਪ ਨੂੰ ਦੱਸਦੇ ਕੋਈ ਬਾਲ ਠਾਕਰੇ ਦੱਸਦਾ ਕੋਈ ਹੋਰ ਇਹਨਾਂ ਦੀ ਧਰਾਂ ਬਹੁਤ ਆ ਮੈਂ ਬਹੁਤ ਜਾਣਕਾਰੀ ਨਹੀਂ ਰੱਖਦਾ ਇਹ ਲੋਕਾਂ ਨੂੰ ਕੀ ਸਰਕਾਰ ਨਾਥ ਕਿਉਂ ਨਹੀਂ ਪਾਉਂਦੀ ਤੇ ਆਪ ਸਰਕਾਰ ਕਿਉਂ ਨਹੀਂ ਨਾਥ ਪਾਉਂਦੀ ਇਹ ਖੁੱਲੇ ਕਿੰਦੇ ਵੱਲੋਂ ਛੱਡੇ ਹੋਏ ਨੇ ਜਾਂ ਕੀ ਚਾਹੁੰਦੇ ਕੀ ਆ ਇਹਨਾਂ ਨੂੰ ਸਰਕਾਰੀ ਪੂਰਾ ਸਮਰਥਨ ਹੁੰਦਾ ਹੈ ਸਰਕਾਰ ਦਾ ਸੈਂਟਰਲਾਈਜ਼ ਤਾਕਤਾਂ ਦਾ ਜਿਵੇਂ ਕਹਿ ਲਓ ਇੱਕੋ ਜ਼ਿਆਦਾ ਦੇਖੋ ਨਕਲੀ ਉਸ ਬਣਿਆ ਹੋਇਆ ਪਾਕੇ ਦਾੜਾ ਤੇ ਉੱਤੋਂ ਗਾਤਰਾ ਪਾ ਕੇ ਮੰਡ ਦੀ ਗੱਲ ਕਰਾ ਲੁਧਿਆਣੇ ਤੋਂ ਸੋ ਕੋਈ ਕਿਸੇ ਤਰ੍ਹਾਂ ਦੀ ਉਤੇ ਕਾਰਵਾਈ ਨਹੀਂ ਸਿੱਖ ਬਣਾਉਣਾ ਕੋਈ ਇਹ ਨਹੀਂਗਾ ਵੀ ਤੁਸੀਂ ਸਿੱਖ ਨੂੰ ਜੇ ਬਣਾਉਣਾ ਤਾਂ ਬੜਾ ਸੌਖਾ ਹੈ ਸਾਨੂੰ ਦੇਖਣ ਨੂੰ ਲਈ ਲੱਗ ਜਾਂਦਾ ਕਿ ਦਾੜਾ ਹੈ ਤਾਂ ਉਹ ਆ ਪਰ ਦੇਖੋ ਜੰਨਾਚਰ ਤੁਹਾਡਾ ਅੰਦਰ ਤੁਹਾਡੀ ਮਤ ਸਿੱਖੀ ਵਾਲੀ ਨਹੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਵਾਲੀ ਨਹੀਂ ਉਹਨਾਂ ਚਿਰ ਤੁਸੀਂ ਸਿੱਖ ਨਹੀਂ ਸੋ ਇਹਨਾਂ ਲੋਕਾਂ ਨੇ ਇਹ ਚੀਜ਼ਾਂ ਬਣਾਈਆਂ ਔਰ ਇਹਨਾਂ ਨੂੰ ਇਸੇ ਕਰਕੇ ਛੱਡਿਆ ਜਾਂਦਾ ਹੈ ਹਰ ਇੱਕ ਹਕੂਮਤ ਦੇ ਵਿੱਚ ਚਾਹੇ ਉਹ ਕਾਂਗਰਸ ਦੀ ਹੁੰਦੀ ਸੀ ਬਾਦਲ ਦੀ ਹੁੰਦੀ ਸੀ ਮੈਂ ਦੇਖਿਆ ਸੀ ਕਿ ਇਹ ਜਿਹੜੇ ਸ਼ਿਵ ਸੈਨਾ ਵਾਲੇ ਬਣੇ ਫਿਰਦੇ ਆ ਇੱਥੇ ਨਕਲੀ ਜਿਹੜੇ ਔਰ ਜਾਂ ਕੁਝ ਇਦਾਂ ਦੇ ਆਗੂ ਇਹਨਾਂ ਨੂੰ ਸਾਰੀਆਂ ਸੁਖਲਤਾਂ ਦਿੱਤੀਆਂ ਜਾਂਦੀਆਂ ਇੱਥੇ ਫਰੋਜ਼ਪੁਰ ਦੇ ਵਿੱਚ ਰੇਤਾ ਦਾ ਕੰਮ ਚੱਲਦਾ ਰਿਹਾ ਫਰੋਜ਼ਪੁਰ ਦੇ ਵਿੱਚ ਰੇਤਾ ਦੀ ਇਹ ਸਾਰੀ ਕਾਲਾ ਬਾਜ਼ਾਰੀ ਹੁੰਦੀ ਰਹੀ ਸੀ ਤੇ ਇਹਨਾਂ ਦੇ ਟਰਾਲੇ ਚੱਲਦੇ ਹੁੰਦੇ ਸੀ ਇਹਨਾਂ ਨੂੰ ਸੈਂਟਰ ਤਾਕਤ ਦਿੰਦੀ ਹੈ ਇਹਨਾਂ ਨੂੰ ਪ੍ਰਸ਼ਾਸਨ ਤਾਕਤ ਦਿੰਦਾ ਕਿ ਤੁਸੀਂ ਆਪਦਾ ਵਪਾਰ ਚਲਾਓ ਤੁਹਾਡਾ ਜੋ ਤੁਸੀਂ ਕਰਨਾ ਹੈ ਕਰੋ ਪਰ ਇਹ ਜਿਹੜੇ ਬਿਆਨ ਤੁਹਾਡੇ ਸਮੇਂ-ਸਮੇਂ ਤੇ ਆਉਂਦੇ ਰਹੇ ਕਿਸੇ ਨਾ ਕਿਸੇ ਸਿੱਖ ਦੇ ਵਿਰੁੱਧ ਘੱਟ ਗਿਣਤੀਆਂ ਦੇ ਵਿਰੁੱਧ ਤੁਸੀਂ ਪੜਕਾਉਂਦੇ ਰਹੋ ਜਦੋਂ ਕੋਈ ਨੌਜਵਾਨ ਜਿਹੜਾ ਆਪਣੀਆਂ ਭਾਵਨਾਵਾਂ 'ਚ ਬਹਿ ਕੇ ਕੁਛ ਉਦਾਂ ਦਾ ਕਰ ਦਿੰਦਾ ਹੈ ਫਿਰ ਉਹਦੇ ਨਾਲ ਪੂਰੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਤੇ ਪੂਰੀ ਕਮਿਊਨਿਟੀ ਨੂੰ ਇਹ ਦਿਖਾਇਆ ਜਾਂਦਾ ਹੈ ਕਿ ਤੁਹਾਡਾ ਜਿਹੜਾ ਵਾ ਅਸੀਂ ਜਿਹੜਾ ਇੱਥੇ ਹਾਲ ਹੋ ਕਰਾਂਗੇ ਜੋ ਅਸੀਂ ਪਹਿਲਾਂ ਅਤੀਤ ਚ ਕੀਤਾ ਪੰਜਾਬ ਦੀ ਆਰਥਿਕ ਸਥਿਤੀ ਬਹੁਤ ਡਾਵਾ ਡੋਲਾ ਜੀ ਸੋਨੇ ਦੀ ਚਿੜੀ ਕਹਾਉਂਦਾ ਸੀ ਮੈਂ ਕਹਾਂ ਮੈਂ ਇਹ ਸ਼ਬਦ ਤਾਂ ਵਰਤ ਰਿਹਾ ਵੀ ਇਹ ਸਿਰਫ ਕਾਗਜ਼ਾਂ ਤੱਕ ਸੀਮਿਤ ਰਹਿ ਗਿਆ ਕਿਉਂਕਿ ਨਸ਼ੇ ਦੀ ਚਿੜੀ ਵੀ ਬਣਿਆ ਅਜਾੜੇ ਦੀ ਚਿੜੀ ਵੀ ਬਣਿਆ ਬਹੁਤ ਕੁਝ ਬਣਿਆ ਜੇ ਇਹਨੂੰ ਆਰਥਿਕ ਸਥਿਤੀ ਨੂੰ ਤਾਂ ਜੱਕਣਾ ਤੇ ਕੀ ਇਹਨਾਂ ਨੂੰ 10 10 20 ਵੀ ਜਿਹੜੇ ਗਨਮੈਂਟ ਦਿੱਤੇ ਹੋਏ ਆ 50 100 ਬੰਦੇ ਨੂੰ ਜਿਹੜੇ ਨੂੰ ਦਿੱਤੇ ਹੋਏ ਆ ਕਿ ਉਹਨਾਂ ਦਾ ਬੋਝ ਪੰਜਾਬ ਦੇ ਲੋਕਾਂ ਦੇ ਪਾਕੇ ਵੀ ਆਪਦੀ ਆਰਥਿਕ ਸਥਿਤੀ ਠੀਕ ਹੋਊਗੀ ਜਾਂ ਹਟਾ ਕੇ ਹੋਊਗੀ ਮੈਂ ਸਵਾਲ ਪੁੱਛਣਾ ਚਾਹੁੰਦਾ ਸਰਕਾਰ ਨੂੰ ਵੈਸੇ ਤੁਹਾਡਾ ਕੀ ਉੱਤਰ ਆਉਂਦੇ ਤੇ ਦੇਖੋ ਇਹ ਤਾਂ ਸਰਕਾਰ ਬਿਹਤਰ ਜਾਣਦੀ ਆ ਲੇਕਿਨ ਜਿੰਨਾ ਤੱਕ ਸਾਡੀ ਸਮਝ ਹੈ ਇਹ ਤਾਂ ਇੱਕ ਤਰ੍ਹਾਂ ਦਾ ਧੱਕਾ ਹੈ ਕਿ ਜਿਹਨਾਂ ਲੋਕਾਂ ਨੇ ਗੁਨਾਹ ਕੀਤੇ ਹੁੰਦੇ ਆ ਜਿਹੜੇ ਲੋਕ ਸਮਾਜ ਦੇ ਵਿੱਚ ਰਹਿਣ ਦੇ ਯੋਗ ਨਹੀਂ ਜਿਨ੍ਹਾਂ ਦੀ ਥਾਂ ਜੇਲ੍ਹ ਹੋਣੀ ਚਾਹੀਦੀ ਆ ਉਹਨਾਂ ਲੋਕਾਂ ਨੂੰ ਸਰਕਾਰ ਪ੍ਰੋਟੈਕਸ਼ਨ ਮਹੱਈਆ ਕਰਵਾਉਂਦੀ ਆ ਲੋਕਾਂ ਦੇ ਉੱਤੇ ਬੋਝ ਪਾ ਕੇ ਉਹਨਾਂ ਨੂੰ BB2525 ਤੇ ਕਾਫਲੇ ਦੇ ਕਾਫਲੇ ਗਨਮੈਨ Z+ ਜੀ ਇਹ ਚੀਜ਼ ਦਾ ਪੂਰਾ ਵਿਸਤਾਰ ਚ ਜਾਈਏ ਤੇ 10 10 20 20 ਰੁਪਏ ਕਰਕੇ ਆਮ ਲੋਕਾਂ ਤੇ ਰੇ ਡੇਲੀ ਦਾ ਖਰਚਾ ਆ ਰਿਹਾ ਬਿਲਕੁਲ ਆ ਰਿਹਾ ਜੀ ਇਹ ਬੋਝ ਪੈ ਰਿਹਾ ਸਾਡੇ ਲੋਕਾਂ ਦੇ ਉੱਤੇ ਇਸ ਚੀਜ਼ ਦਾ ਚਾਹੇ ਉਹ ਟੈਕਸਿਸ ਦੇ ਰੂਪ ਤੇ ਕਿਤੋਂ ਵੀ ਕੱਢਦੇ ਹੋਣ ਚਾਹੇ ਉਹ ਟੋਲ ਪਲਾਜ਼ਿਆਂ ਤੋਂ ਕੱਢਣ ਚਾਹੇ ਤੁਹਾਡੇ ਸਮਾਨ ਰੋਜ਼ ਦੇ ਸਮਾਨ ਦੇ ਖਰੀਦ adiabatic ਤੇ ਟੈਕਸ ਲਾ ਕੇ ਕੱਢਣ ਉਹ ਸਾਰਾ ਟੈਕਸ ਜਿਹੜਾ ਉਹ ਵਸੂਲ ਕੇ ਸਰਕਾਰ ਅੱਜ ਗਲਤ ਲੋਕ ਜਿਹੜੇ ਇਥੋਂ ਦੇ ਰੇਪਿਸਟ ਲੋਕ ਜਿਨ੍ਹਾਂ ਨੇ ਇਥੇ ਧਰਮਾਂ ਦੇ ਨਾਮ ਤੇ ਲੜਾਈਆਂ ਕਰਾਤੀਆਂ ਬਲਾਤਕਾਰ ਕੀਤੇ ਹੁਣ ਕਤਲ ਕੀਤੇ ਹਨ ਉਹਨਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਆ ਔਰ ਇਹ ਸਾਰਾ ਬੋਝ ਇਥੋਂ ਦੇ ਲੋਕਾਂ ਤੇ ਪੈ ਰਿਹਾ ਹੈ ਇਹੀ ਕਾਰਨ ਹੈ ਕਿ ਸਰਕਾਰ ਜਿਹੜੀ ਆ ਉਹਦੇ ਕੋਲ ਅਜ ਦੇਸ਼ ਚਲਾਉਣ ਲਈ ਜਾਂ ਪੰਜਾਬ ਸੂਬਾ ਚਲਾਉਣ ਲਈ ਪੈਸਾ ਨਹੀਂ ਹੈਗਾ ਅੱਜ ਜੋ ਨਿਜੀਕਰਨ ਤੇ ਉੱਤਰ ਆਈ ਆ ਵੱਡੀਆਂ ਵੱਡੀਆਂ ਕੰਪਨੀਆਂ ادارے ਜਿਹੜੇ ਸਰਕਾਰੀ ادارے ਵੇਚੇ ਜਾ ਰਹੇ ਆ ਪ੍ਰਾਈਵੇਟ ਲੋਕਾਂ ਦੇ ਹੱਥ ਚ ਕਿਉਂ ਕਿਉਂਕਿ ਸਰਕਾਰ ਦੇ ਕੋਲ ਕੋਈ ਪ੍ਰਬੰਧ ਕੋਈ ਪੈਸਾ ਰਹਿ ਹੀ ਨਹੀਂ ਗਿਆ ਹਰ ਜਗਾ ਤੋਂ ਕਰਜ਼ਾ ਚੁੱਕ ਚੁੱਕ ਕੇ ਲੋਕਾਂ ਦੇ ਸਿਰ ਤੇ ਉਹਦਾ ਬੋਝ ਪਾਇਆ ਜਾ ਰਿਹਾ ਭਾਰ ਪਾਇਆ ਜਾ ਰਿਹਾ ਪੰਜਾਬ ਦੇ ਪ੍ਰਤੀ ਨੌਜਵਾਨ ਦੇ ਉੱਤੇ ਜਿਹੜਾ ਕਰਜ਼ਾ ਉਹ ਹਰ ਸਾਲ ਦੀ ਸਾਲ ਵਧ ਰਿਹਾ ਪੰਜਾਬ ਬਾਰੇ ਕੀ ਸੋਚਦੇ ਹੋ ਪੰਜਾਬ ਖੜਾ ਕਿੱਥੇ ਆ ਪੰਜਾਬ ਤਾਂ ਦੇਖੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੇਰੇ ਖਿਆਲ ਦੇ ਵਿੱਚ ਇਤਿਹਾਸਕ ਪੱਖ ਤੋਂ ਦੇਖੀਏ ਤਾਂ ਪੰਜਾਬ ਤਾਂ ਹਮੇਸ਼ਾ ਜ਼ਬਰ ਜ਼ੁਲਮ ਦੇ ਵਿਰੁੱਧ ਤਾਂ ਲੜਦਾ ਹੀ ਆਇਆ ਔਰ ਸ਼ਾਇਦ ਸਾਡੇ ਲਈ ਹਮੇਸ਼ਾ ਚੁਣੌਤੀ ਰਹੂਗੀ ਕਿ ਗੁਰੂ ਸਾਹਿਬ ਨੇ ਸਾਨੂੰ ਤਿਆਰ ਬਰ ਤਿਆਰ ਰਹਿਣ ਲਈ ਰੱਖਣਾ ਔਰ ਲੜਦੇ ਰਹਿਣਾ ਚੁਣੌਤੀਆਂ ਵੀ ਆਉਂਦੀਆਂ ਰਹਿਣਗੀਆਂ ਪਰ ਪੰਜਾਬ ਜਿਹੜਾ ਵਾ ਕਦੇ ਟਹਿਂਦੀ ਕਲਾ ਚ ਨਹੀਂ ਜਾਊਗਾ ਪੰਜਾਬ ਦੀ ਚੜhti ਕਲਾ ਸੀ ਰਹੂਗੀ ਰਹਿੰਦੀ ਰਹੂਗੀ ਪਰ ਅਸੀਂ ਆਪਣੇ ਇਤਿਹਾਸ ਨੂੰ ਨਾ ਭੁੱਲੀਏ ਗੁਰੂ ਸਾਹਿਬ ਦੀਆਂ ਦਿੱਤੀਆਂ ਜਿਹੜੀਆਂ ਸਿੱਖਿਆਵਾਂ ਉਹਨਾਂ ਨੂੰ ਫਾਲੋ ਕਰਦੇ ਰਹੀਏ ਤਾਂ ਅਸੀਂ ਲੜਨ ਜੋਗੇ ਰਵਾਂਗੇ ਹਕੂਮਤਾਂ ਦਾ ਸਮੇਂ-ਸਮੇਂ ਤੇ ਸਾਜ਼ਿਸ਼ ਕਰਨਗੀਆਂ ਪਰ ਉਹਨਾਂ ਹਕੂਮਤਾਂ ਦੇ ਨਾਲ ਲੜਨ ਲਈ ਸਾਨੂੰ ਆਪਣਾ ਇਤਿਹਾਸ ਜਿਹੜਾ ਵਾ ਉਹਦੇ ਤੋਂ ਜਾਣੂ ਹੋ ਕੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਪੰਜਾਬ ਚੜਦੀ ਕਲਾ ਧਰਮ ਸਾਰੇ ਵੱਖੋ ਵੱਖਰੇ ਸਿਰ ਸਤਕਾਰਯੋਗ ਸਿੱਖ ਧਰਮ ਦਾ ਜੇਕਰ ਕੋਈ ਆਗੂ ਨਵਾਂ ਆਉਂਦਾ ਜਾਂ ਕੋਈ ਵੱਡੀ ਜਾਂ ਉੱਚੀ ਗੱਲ ਕਰਦਾ ਕੌਮ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦਾ ਉਹ ਸਰਕਾਰ ਦੇ ਫਿੱਟ ਕਿਉਂ ਨਹੀਂ ਬੈਠਦਾ ਦੇਖੋ ਇਹ ਪਾਲਿਸੀ ਇਹ ਸਾਨੂੰ ਦਬਾਉਣ ਦੀ ਜੇਕਰ ਸਾਨੂੰ ਖੁੱਲ ਦੇ ਦਿੱਤੀ ਜਾਵੇ ਤਾਂ ਖਾਲਸੇ ਦਾ ਰਾਜ ਤਾਂ ਪੂਰੀ ਦੁਨੀਆ ਤੇ ਫੈਲ ਜੇ ਕਿਉਂ ਜਦੋਂ ਕਿਸੇ ਕੌਮ ਦੇ ਕੋਲ ਉਹਦਾ ਹੋਮਲੈਂਡ ਨਹੀਂ ਹੈਗਾ ਜਿੱਥੋਂ ਉਹਨੇ ਆਪਣੀ ਆਈਡੋਲੋਜੀ ਆਪਣੇ ਫਲਸਫੇ ਨੂੰ ਦੁਨੀਆ 'ਚ ਵੰਡਣਾ ਹੈ ਉਹੀ ਜਗ੍ਹਾ ਨੂੰ ਨਹੀਂ ਮਿਲ ਰਹੀ ਤਾਂ ਅਸੀਂ ਆਪਣੇ ਧਰਮ ਨੂੰ ਨਹੀਂ ਬਚਾ ਸਕਦੇ ਆਪਣੇ ਇਤਿਹਾਸ ਨੂੰ ਨਹੀਂ ਬਚਾ ਸਕਦੇ ਇਹੀ ਕਾਰਨ ਹੈ ਅੱਜ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਤਵੀ ਹੋ ਰਹੀ ਆ ਸਾਡੇ ਇਤਿਹਾਸਕ ਦੇ ਜਿਹੜਾ ਉੱਤੇ ਮਿਲਾਵਟ ਹੋ ਰਹੀ ਆ ਸਾਡਾ ਇਤਿਹਾਸ ਖਤਮ ਕੀਤਾ ਜਾ ਰਿਹਾ ਜੇਕਰ ਕਿਤੇ ਸਾਨੂੰ ਸਾਡਾ ਹੋਮਲੈਂਡ ਕੋਈ ਇੱਕ ਜਗ੍ਹਾ ਸਾਨੂੰ ਖੜੇ ਹੋਣ ਜੋਗੀ ਵੀ ਮਿਲ ਜੇ ਜਿੱਥੇ ਸਾਡੇ ਆਪਣੇ ਕਾਇਦੇ ਕਾਨੂੰਨ ਹੋਣਗੇ ਉਸ ਜਗ੍ਹਾ ਤੋਂ ਅਸੀਂ ਆਪਣੇ ਧਰਮ ਦਾ ਪਸਾਰ ਵੀ ਜਿਹੜਾ ਪੂਰੀ ਦੁਨੀਆ ਚ ਫਲਾਦਾਂਗੇ ਔਰ ਇਹੀ ਇੱਕ ਧਰਮ ਹੈ ਇਹ ਅੰਗਰੇਜ਼ ਕਿਤੇ ਨਾ ਕਿਤੇ ਅਡੌਲਜੀ ਦੇਗੇ ਨਾ ਲੋਕਾਂ ਨੂੰ ਜਦੋਂ ਰਾਜ ਭਾਗ ਛੱਡ ਕੇ ਗਏ ਜੇਕਰ ਸਿੱਖਾਂ ਨੂੰ ਦਬਾ ਕੇ ਰੱਖ ਲੂਗੇ ਤਾਂ ਠੀਕ ਰਹੋਗੇ ਜੇ ਤੁਹਾਡੇ ਹੱਥੋਂ ਵਸਪਾਰ ਹੋ ਗਿਆ ਤੇ ਇਹ ਰਾਜ ਭਾਗ ਤੁਹਾਡੇ ਕੋਲ ਜਿਆਦਾ ਸਮਾਂ ਨਹੀਂ ਰਹਿਣਾ ਪਰ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਨਿੱਤ ਦੀ ਅਰਦਾਸ ਹੈ ਇੱਕ ਦਿਨ ਰਾਜ ਵੀ ਸਾਡਾ ਆਊਗਾ ਔਰ ਅਸੀਂ ਦੁਨੀਆ ਦੇ ਵਿੱਚ ਸ਼ਾਂਤੀ ਵੀ ਪੈਦਾ ਕਰਾਂਗੇ ਔਰ ਗੁਰੂ ਸਾਹਿਬ ਦੇ ਫਲਸਫੇ ਤੇ ਬਰਾਬਰਤਾ ਦੇ ਆਧਾਰ ਤੇ ਆਪਦਾ ਰਾਜ ਜਿਹੜਾ ਉਹ ਚਲਾਵਾਂਗੇ